दोस्तों नमस्कार, उद्यान एक्सप्रेस में आप सभी का स्वागत है। पंजाबी फिल्मों के सुपरस्टार गुरनाम भुल्लर आज हनुमानगढ़ रोड स्थित समर सिनेमा पहुंचे, जहां उन्होंने अपनी आने वाली फिल्म मैं ब्याह नहीं कराना का प्रमोशन किया। समर सिनेमा के संचालक हैप्पी शर्मा जतिन शर्मा ने उनका स्वागत किया और फिल्म देखने पहुंचे दर्शकों से उन्हें रूबरू करवाया। गुरनाम भुल्लर ने लोगों से उनकी आने वाली फिल्म को परिवार के साथ देखने की अपील की। उन्होंने कहा कि यह कॉमेडी भरपूर संदेश देने वाली फिल्म है और दर्शकों के लिए फुल पैसा वसूल साबित होगी। इस मौके पर भुल्लर के फैंस ने उनसे मिलकर खुशी जताई और उनके साथ खूब सेल्फियां और फोटो करवाई। इस मौके पर समर सिनेमा के संचालक हैप्पी शर्मा और जतिन शर्मा ने बताया कि कोरोना के चलते कई महीनों से फिल्में नहीं आई थी, अब उनके सिनेमा में मनोरंजन से भरपूर फिल्में आ रही हैं। उन्होंने कहा कि स्ट्रेस भरी जिंदगी में कुछ पल परिवार के साथ बिताने के लिए फिल्में अहम रोल अदा कर सकती हैं। कवरेज कर रहे हैं ते साडे होम प्रोडक्शन दी पहली फिल्म है जी मैं ब्याह नहीं करवाना तेरे नाल। 4 मार्च नूं सारे सिनेमा घरां च लग रही है। सो तुसी जिहड़े जिहड़े भी एरिया च रहिंदे आ आपदे आपदे नेयरली सिनेमा तुसी जाके साडी फिल्म देखो ते तुहानूं बहुत सारा एंटरटेनमेंट मिलेगा। तुसी आपदे फैमिली फ्रेंड्स नाल परिवार नाल तुसी वध चढ़ के साडी फिल्म नूं प्यार दिओ ते बस थैंक यू सो मच। ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡੇ ਸਾਹਮਣੇ ਕਿੰਨਾ ਕਰਾਊਡ ਸੀਗਾ, ਸਾਡੇ ਥੀਏਟਰ 'ਚ ਬਹੁਤ ਵਧੀਆ ਰਸ਼ ਸੀਗਾ। ਆਪਣੀ ਪਿਕਚਰ ਦੀ ਪ੍ਰਮੋਸ਼ਨ ਵਾਸਤੇ ਆਏ ਸੀਗੇ, ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਬਹੁਤ ਸੈਟਿਸਫਾਈ ਹੋ ਕੇ ਗਏ ਨੇ ਵੀ ਤੁਹਾਡੇ ਥੀਏਟਰ 'ਚ ਰਸ਼ ਹੈਗਾ, ਬਾਕੀ ਕਿਸੇ ਥੀਏਟਰ 'ਚ ਰਸ਼ ਹੀ ਨਹੀਂ ਹੈਗਾ। ਸਾਨੂੰ ਕਹਿ ਗਏ ਵੀ ਨਹੀਂ, ਮੈਂ ਦੁਬਾਰਾ ਨੈਕਸਟ ਟਾਈਮ ਤੁਹਾਡੇ ਕੋਲ ਦੁਬਾਰਾ ਵਿਜਿਟ ਕਰਾਂਗਾ ਜੀ। ਲੋਕਾਂ 'ਚ ਬਹੁਤ ਕਰੇਜ਼ ਸੀ ਜੀ ਗੁਰਨਾਮ ਭੁੱਲਰ ਦਾ ਜੀ, ਲੋਕ ਮੂਵੀ ਨੂੰ ਉਡੀਕ ਰਹੇ, ਵਾਰ ਵਾਰ ਪੁੱਛ ਰਹੇ, ਸਾਨੂੰ ਫੋਨ ਆ ਰਹੇ ਨੇ ਕਿ ਇਹ ਮੂਵੀ ਕਦੋਂ ਆ ਰਹੀ ਹੈ ਜੀ। ਉਹ ਪਿਕਚਰ ਦੀ ਕਰੇਜ਼ ਕਾਰਨ ਗੁਰਨਾਮ ਭੁੱਲਰ ਦਾ ਵੈਸੇ ਹੀ ਬਹੁਤ ਕਰੇਜ਼ ਹੈ ਜੀ। ਸਰ ਬਹੁਤ ਵਧੀਆ ਲੱਗਿਆ, ਗੁਰਨਾਮ ਭੁੱਲਰ ਜੀ ਬਹੁਤ ਵਧੀਆ ਇਨਸਾਨ ਨੇ, ਨਾਲ ਉਹਨਾਂ ਦੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਅਕਸਰ, ਅਤੇ ਆਹ ਫਿਲਮ ਜਿਹੜੀ ਆ ਰਹੀ ਹੈ ਬਹੁਤ ਵਧੀਆ ਮੂਵੀ ਆ ਰਹੀ ਅਤੇ ਲੋਕਾਂ ਨੂੰ ਬਹੁਤ ਪਸੰਦ ਆਏਗੀ ਮੂਵੀ, ਫੈਮਿਲੀ ਮੂਵੀ ਹੈ। ਸਰ ਮਸਤੀ ਹੈ, ਪਲੱਸ ਲਵ ਸਟੋਰੀ ਹੈ, ਕੋਮੇਡੀ ਹੈ, ਫੈਮਿਲੀ ਮੂਵੀ ਹੈ ਸਰ। ਪਹਿਲੀ ਗੱਲ ਤਾਂ ਇਹ ਬਹੁਤ ਅੱਛੀ ਮੂਵੀ ਹੈ ਸਰ, ਬਿਲਕੁਲ ਸਰ। ਸਰ ਬਹੁਤ ਉਤਸ਼ਾਹਿਤ ਨੇ ਲੋਕ, ਸਾਨੂੰ ਲਗਾਤਾਰ ਕੋਲ ਆ ਰਹੇ ਨੇ, ਹੁਣ ਮੂਵੀ ਦੇਖਣ ਨੂੰ ਆ ਰਹੇ, ਕਿਉਂਕਿ ਵਿੱਚੇ ਕਿੰਨੇ ਟਾਈਮ ਬੰਦ ਰਿਹਾ, ਮੂਵੀ ਆ ਨਹੀਂ ਰਹੀ ਸੀ, ਹੁਣ ਬਹੁਤ ਲੋਕਾਂ ਦਾ ਉਤਸ਼ਾਹ ਹੈ, ਲਗਾਤਾਰ ਆ ਰਹੇ ਲੋਕ ਸਰ, ਕੋਈ ਇਸ਼ੂ ਨਹੀਂ। ਸਰ ਲੋਕਾਂ ਨੂੰ ਇਹ ਸੰਦੇਸ਼ ਦਿੰਦਾ ਚਾਹਾਂਗੇ ਵੀ ਅੱਜ ਕੱਲ੍ਹ ਸਟ੍ਰੈਸ ਵਾਲੀ ਲਾਈਫ ਹੈ ਅਤੇ ਉਹਨਾਂ ਨੂੰ ਆਪਦੀ ਲਾਈਫ ਵਾਸਤੇ ਥੋੜ੍ਹਾ ਜਿਹਾ ਟਾਈਮ ਜ਼ਰੂਰ ਕੱਢਣਾ ਚਾਹੀਦਾ, ਮੂਵੀ ਵੇਖਣ, ਇੰਜੋਇਮੈਂਟ ਕਰਨ, ਥੋੜ੍ਹਾ ਜਿਹਾ ਆਪਣੀ ਫੈਮਿਲੀ ਵਾਸਤੇ ਵੀ ਟਾਈਮ ਕੱਢਣ। ਅਤੇ ਬੜਾ ਵਧੀਆ ਸਰ ਮੂਵੀ ਆ ਰਹੀ ਹੈ ਅੱਜ ਕੱਲ੍ਹ, ਹੁਣ ਆਹ ਜਿਹੜੀ ਮੂਵੀ ਲੱਗ ਰਹੀ ਹੈ ਬਹੁਤ ਅੱਛੀ ਮੂਵੀ ਹੈ ਸਰ, ਇਹ ਫੈਮਿਲੀ ਮੂਵੀ ਹੈ, ਨਾਲੇ ਸਾਡੇ ਸਮਰ ਸਿਨੇਮਾ ਅਬੋਰ ਦੇ ਵਿੱਚ ਵਧੀਆ ਫੈਮਿਲੀ ਹੋਲ, ਵਧੀਆ ਮੂਵੀ ਜੋ ਦੇਖਣ ਦਾ ਹੈ ਨਾ ਸਰ, ਸਭ ਤੋਂ ਵਧੀਆ ਸਾਡਾ ਬਣਿਆ ਹੋਇਆ ਜੀ ਸਮਰ ਸਿਨੇਮਾ। ਸਾਡਾ ਥੀਏਟਰ ਹੈ ਜਿਹੜਾ ਇਹ ਸੈਂਟਰ 'ਚ ਹੈ ਸਾਰੇ ਲੋਕੈਲਿਟੀ 'ਚ, ਅਤੇ ਇਹਦੇ ਆਸੇ ਪਾਸੇ ਸਾਰੇ ਗੁੱਡ ਕਲੋਨੀਜ਼ ਹੈ, ਵਧੀਆ ਹੈ, ਲੋਕ ਵੀ ਇੱਥੇ ਹਲਚਲ 24 ਘੰਟੇ ਵੀ ਮਤਲਬ ਲੋਕ ਆਉਂਦੇ ਜਾਂਦੇ ਨੇ, ਕੁਛ ਡੋਮੀਨੋਜ਼ ਵੀ ਹੈ ਨੇੜੇ, ਸਭ ਕੁਛ ਹੀ, ਫਾਸਟ ਫੂਡਸ ਵਾਲੇ ਵੀ ਬਹੁਤ ਨੇੜੇ ਦੇ ਨੇ। ਅਤੇ ਜਿਹੜੇ ਫੈਮਿਲੀ ਹੈ ਉਹ ਪ੍ਰੈਫਰ ਹੀ ਆਪਣੇ ਥੀਏਟਰਸ ਨੂੰ ਕਰਦੀ ਹੈ ਕਿਉਂਕਿ ਆਪਣੇ ਫੈਮਿਲੀਜ਼ ਆਲ ਨੇ ਅਤੇ ਲੋਕ ਇੱਥੇ ਆਉਣਾ ਪਸੰਦ ਵੀ ਕਰਦੇ ਨੇ, ਅਤੇ ਇਸ ਕਰਕੇ ਅਸੀਂ ਕਹਾਂਗੇ ਵੀ ਲੋਕ ਹੁਣ ਜੋ ਕਿ ਕਰੋਨਾ ਕਾਲ ਤੋਂ ਬਾਅਦ ਹੁਣ ਖੁੱਲ੍ਹੇ ਨੇ ਥੀਏਟਰ, ਲੋਕਾਂ 'ਚ ਐਕਸਾਈਟਮੈਂਟ ਦੇਖੀ ਜਾ ਰਹੀ ਹੈ ਵੀ ਮੂਵੀਜ਼ ਦੇਖਣ ਦੀ, ਅਤੇ ਇਸ ਕਰਕੇ ਲੋਕਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਵੀ ਮੂਵੀ ਵੱਧ ਤੋਂ ਵੀ ਜਿਹੜੀ ਅੱਜ ਕੱਲ੍ਹ ਇੰਨੀ ਸਟ੍ਰੈਸ ਭਰੀ ਲਾਈਫ ਆਪਣੀ, ਅਤੇ ਉਹਨੂੰ ਥੋੜ੍ਹਾ ਜਿਹਾ ਇੱਕ ਵਾਰੀ ਮੂਵੀ ਜ਼ਰੂਰ ਦੇਖਣ ਵੀ ਰਿਲੈਕਸ ਹੋਣ ਥੋੜ੍ਹਾ ਜਿਹਾ, ਜਿਵੇਂ ਵੀਕਐਂਡਸ ਜਾਂ ਅਦਰਸ ਦੇ ਵਿੱਚ ਵੀ ਲੋਕਾਂ ਨੂੰ ਆਉਣਾ ਚਾਹੀਦਾ ਵੀ ਸਟ੍ਰੈਸ ਦੂਰ ਕਰਨ, ਆਪਣੀ ਰਿਲੈਕਸੇਸ਼ਨ ਲੈਣ, ਇੱਥੇ ਮੂਵੀਜ਼ ਵੇਖਣ, ਵੀ ਕੋਮੇਡੀ ਵੀ ਹੈ ਮੂਵੀ ਗੁਰਨਾਮ ਭੁੱਲਰ ਦੀ, ਵੈਸੇ ਵੀ ਫਿਲਮ ਵਧੀਆ ਹੁੰਦੀ ਹੈ, ਅਤੇ ਇਹਦੇ ਵਿੱਚ ਕੁਛ ਇਹ ਕੋਮੇਡੀ ਵੀ ਹੁੰਦੀ ਹੈ ਅਤੇ ਕੁਛ ਵੀ ਅਦਰਵਾਈਜ਼, ਵੈਸੇ ਫਿਲਮ ਬਹੁਤ ਫੈਮਿਲੀ ਵਾਲੀ ਕੱਢਦੇ ਆ ਵੀ ਫੈਮਿਲੀ ਨਾਲ ਬਹਿ ਕੇ ਆਪਾਂ ਮੂਵੀ ਵੇਖ ਸਕਦੇ ਹਾਂ ਜੀ।